ਅਧਿਆਪਕ ਸਾਥਿਓ ਤੇ ਪਿਆਰੇ ਬੱਚਿਓ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਸਕੂਲ ਨਿਊਜ਼ ਤੇ ਤੇ ਹਰ ਰੋਜ਼ ਦੀ ਤਰ੍ਹਾਂ ਅੱਜ ਆਪਾਂ ਕਰਾਂਗੇ 23 ਜੁਲਾਈ ਦੀ ਮਾਰਨਿੰਗ ਸਲਾਈਡ ਪਹਿਲੇ ਜੇਕਰ ਤੁਸੀਂ ਕਿਸੇ ਵੀ ਡੇਟ ਦੀ ਕੋਈ ਵੀ ਮਾਰਨਿੰਗ ਸਲਾਈਡ ਦੀ ਵੀਡੀਓ ਨਹੀਂ ਦੇਖੀ ਤਾਂ ਉਹ ਸਾਰੀਆਂ ਵੀਡੀਓ ਆਪਣੇ ਚੈਨਲ ਤੇ ਅਪਲੋਡ ਹੈ ਤੁਸੀਂ ਜਾ ਕੇ ਦੇਖ ਸਕਦੇ ਹੋ ਤੇ ਹੁਣ ਆਪਾਂ ਕਰਾਂਗੇ 23 ਜੁਲਾਈ ਦੀ ਮਾਰਨਿੰਗ ਸਲਾਈਡ ਤੇ ਇਸ ਦੇ ਨਾਲ ਮੈਂ ਇੱਕ ਹੋਰ ਬੇਨਤੀ ਕਰਨਾ ਚਾਹਣਾ ਵੀ ਸਿੱਖਿਆ ਸਪਤਾ ਚੱਲ ਰਿਹਾ ਹੈ ਸਕੂਲਾਂ ਦੇ ਵਿੱਚ ਅੱਜ ਉਸ ਦੀ ਸ਼ੁਰੂਆਤ ਹੋਈ ਹੈ ਤੇ ਅੱਜ ਜਿਹੜੀਆਂ ਐਕਟੀਵਿਟੀਆਂ ਹੈ ਉਹ ਕਲਾਸਾਂ ਦੇ ਵਿੱਚ ਕਰਵਾਈਆਂ ਗਈਆਂ ਜਾਂ ਮਾਰਨਿੰਗ ਅਸੈਂਬਲੀ ਤੋਂ ਬਾਅਦ ਕਰਵਾਈਆਂ ਗਈਆਂ ਕਿਉਂਕਿ ਉਸ ਦੀ ਸੂਚਨਾ ਸੀ ਨਹੀਂ ਸੀਗੀ ਉਹ ਮਾਰਨਿੰਗ ਅਸੈਂਬਲੀ ਦੇ ਵਿੱਚ ਹੋਣੀ ਹੈ ਹੁਣ ਕੱਲ ਤੋਂ ਜੋ ਵੀ ਐਕਟੀਵਿਟੀ ਹੈ ਉਹਨਾਂ ਦਾ ਸਾਰਾ ਸ਼ਡਿਊਲ ਜਿਹੜਾ ਮਾਰਨਿੰਗ ਅਸੈਂਬਲੀ ਦੇ ਨਾਲ ਹੀ ਹੈ ਤੇ ਉਹ ਐਕਟੀਵਿਟੀ ਤਾਂ ਕਰਾਉਣੀ ਹੈ ਕਰਾਉਣੀਆਂ ਨੇ ਉਸ ਦੇ ਨਾਲ ਜਿਹੜੀ ਮਾਰਨਿੰਗ ਸਲਾਈਡ ਨੂੰ ਪਿਛੇ ਨਹੀਂ ਕਰਨਾ ਕਿਉਂਕਿ ਮਾਰਨਿੰਗ ਸਲਾਈਡ ਬੱਚੇ ਦੀ ਡਿਵੈਲਪਮੈਂਟ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਉਂਦੀ ਹੈ ਇਸ ਕਰਕੇ ਮਾਰਨਿੰਗ ਸਲਾਈਡ ਜ਼ਰੂਰ ਕਰवानी ਹੈ ਤੇ ਹੁਣ ਆਪਾਂ ਕਰਦੇ ਹਾਂ 23 ਜੁਲਾਈ ਦੀ ਮਾਰਨਿੰਗ ਸਲਾਈਡ ਅੱਜ ਦਾ ਦਿਨ ਮੰਗਲਵਾਰ ਅੱਜ ਦੀ ਮਿਤੀ 23 ਜੁਲਾਈ 2024 ਅੱਜ ਦਾ ਵਿਚਾਰ ਪਿਆਰੇ ਬੱਚੋ ਅੱਜ ਦਾ ਵਿਚਾਰ ਹੈ ਬੋਲਣਾ ਅਤੇ ਬੋਲਣ ਅਤੇ ਕੰਮ ਕਰਨ ਤੋਂ ਪਹਿਲਾਂ ਜ਼ਰੂਰ ਸੋਚੋ ਤਾਂ ਪਿਆਰੇ ਬੱਚੋ ਕੋਈ ਵੀ ਕੰਮ ਕਰਨਾ ਹੈ ਜਾਪਾ ਕਿਸੇ ਨੂੰ ਕੁਝ ਬੋਲਣਾ ਹੈ ਉਸ ਤੋਂ ਪਹਿਲਾਂ ਇੱਕ ਮਿੰਟ ਉਸ ਚੀਜ਼ ਬਾਰੇ ਜ਼ਰੂਰ ਸੋਚੋ ਕਿਉਂਕਿ ਜੇ ਤੁਸੀਂ ਸੋਚ ਕੇ ਬੋਲੋਗੇ ਤਾਂ ਕਦੇ ਕਿਸੇ ਨੂੰ ਗਲਤ ਨਹੀਂ ਬੋਲੋਗੇ ਜੇ ਤੁਸੀਂ ਸੋਚ ਕੇ ਕੋਈ ਕੰਮ ਸ਼ੁਰੂ ਕਰੋਗੇ ਜਾਂ ਸੋਚ ਕੇ ਕੰਮ ਕਰੋਗੇ ਤਾਂ ਫਿਰ ਤੁਸੀਂ ਕਦੇ ਕੋਈ ਗਲਤ ਕੰਮ ਨਹੀਂ ਕਰੋਗੇ ਦੇਖੋ ਕਦੇ ਵੀ ਕੋਈ ਤੁਹਾਡੇ ਕੋਲੋਂ ਗਲਤੀ ਹੁੰਦੀ ਹੈ ਜਾਂ ਤੁਸੀਂ ਕਿਸੇ ਨੂੰ ਮੰਦਾ ਬੋਲਦੇ ਹੋ ਮਾੜਾ ਬੋਲਦੇ ਹੋ ਤਾਂ ਉਸ ਟਾਈਮ ਕੀ ਹੈ ਤੁਸੀਂ ਗੁੱਸੇ ਚੋਂ ਡਿਓ ਤੁਸੀਂ ਅੱਗੇ ਪਿੱਛੇ ਕੁਝ ਨਹੀਂ ਸੋਚਦੇ ਜੇ ਸੋਚਣ ਲੱਗਿਆਂ ਬੋਲਣ ਲੱਗਿਆਂ ਤੁਸੀਂ ਸੋਚ ਲੋਗੇ ਤਾਂ ਤੁਹਾਡਾ ਮਨ ਅੰਦਰੋਂ ਕਦੇ ਵੀ ਨਹੀਂ ਕਹੇਗਾ ਵੀ ਤੁਸੀਂ ਇਸ ਇਨਸਾਨ ਨੂੰ ਗਲਤ ਬੋਲੋ ਇਸ ਕਰਕੇ ਥੋੜੀ ਜੀ ਸੋਚਣ ਸ਼ਕਤੀ ਤੇ ਜ਼ੋਰ ਦੇ ਲੋਗੇ ਤਾਂ ਜਿਹੜੇ ਜਿੰਨੇ ਵੀ ਤੁਹਾਡੇ ਹੱਥੋਂ ਗਲਤ ਕੰਮ ਹੁੰਦੇ ਆ ਗਲਤੀਆਂ ਹੁੰਦੀਆਂ ਉਹ ਸਾਰੀਆਂ ਜਿਹੜੀਆਂ ਬੰਦ ਹੋ ਜਾਣਗੀਆਂ ਤੇ ਇਸ ਦੇ ਨਾਲ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਤੁਸੀਂ ਕੰਮ ਬਾਰੇ ਥੋੜਾ ਸੋਚੋਗੇ ਤਾਂ ਤੁਸੀਂ ਉਸ ਦਾ ਸਹੀ ਵੇ ਲੱਭੋਗੇ ਵੀ ਉਸ ਨੂੰ ਕਿੱਦਾਂ ਕਰਨਾ ਬਿਨਾਂ ਸੋਚੇ ਤੁਸੀਂ ਕੋਈ ਕੰਮ ਸ਼ੁਰੂ ਕਰ ਲੋਗੇ ਤੇ ਅੱਧ ਵਿਚਾਲੇ ਆ ਕੇ ਤੁਸੀਂ ਸੋਚਣ ਲੱਗ ਜਾਓਗੇ ਵੀ ਹੁਣ ਕਰਨਾ ਕੀ ਹੈ ਤੁਹਾਨੂੰ ਸਮਝ ਨਹੀਂ ਆਊਗੀ ਪਰ ਜੇ ਤੁਸੀਂ ਕੋਈ ਕੰਮ ਸੋਚ ਕੇ ਸ਼ੁਰੂ ਕਰੋਗੇ ਫਿਰ ਕੀ ਹੋਊਗਾ ਤੁਸੀਂ ਉਹਦਾ ਇੱਕ ਪਲਾਨ ਕਰੋਗੇ ਵੀ ਕਿੱਦਾਂ ਮੈਂ ਕਿੱਥੋਂ ਕੰਮ ਸ਼ੁਰੂ ਕਰਨਾ ਕਿੱਥੇ ਮੈਂ ਕੰਮ ਖਤਮ ਕਰਨਾ ਤੇ ਕਿਦੇ ਕਿੱਦਾਂ ਇਹ ਖਤਮ ਹੋਣਾ ਫਿਰ ਤੁਹਾਨੂੰ ਸਾਰੀ ਚੀਜ਼ ਦੀ ਨੌਲੇਜ ਪਹਿਲੇ ਹੁੰਦੀ ਹੈ ਫਿਰ ਤੁਸੀਂ ਸਟੈਪ ਬਾਈ ਸਟੈਪ ਆਪਣਾ ਕੰਮ ਕਰਦੇ ਜਾਂਦੇ ਹੋ ਇਦਾਂ ਹੀ ਤੁਸੀਂ ਦੇਖਦੇ ਹੋਗੇ ਤੁਸੀਂ ਘਰੇ ਹੋਮਵਰਕ ਕਰਨ ਬੈਠਦੇ ਹੋਗੇ ਬਿਨਾ ਸੋਚੇ ਸਮਝੇ ਤੁਸੀਂ ਬੈਗ ਖੋਲਿਆ ਸਾਰੀਆਂ ਕਾਪੀਆਂ ਇਕੱਠੀਆਂ ਖੋਲ੍ਹ ਕੇ ਰੱਖ ਲੀਆਂ ਮੁੜ ਕੇ ਤੁਹਾਨੂੰ ਸਮਝ ਨਹੀਂ ਆਉਂਦੀ ਮੈਂ ਪਹਿਲੇ ਇੰਗਲਿਸ਼ ਦਾ ਕਰਾਂ ਮੈਥ ਦਾ ਕਰਾਂ ਈਵੀਐਸ ਦਾ ਕਰਾਂ ਹਿੰਦੀ ਦਾ ਕਰਾਂ ਜਾਂ ਕਿਹਦੇ ਸਬਜੈਕਟ ਦਾ ਕੰਮ ਕਰਾਂ ਤਾਂ ਫਿਰ ਤੁਸੀਂ ਉਲਝਣ ਚ ਹੋ ਜਾਂਦੇ ਹੋ ਤੁਹਾਡਾ ਅੱਧਾ ਕੰਮ ਹੁੰਦਾ ਅੱਧਾ ਕੰਮ ਰਹਿ ਜਾਂਦਾ ਹੈ ਪਰ ਜੇ ਉਹੀ ਤੁਸੀਂ 2 ਮਿੰਟ ਪਹਿਲੇ ਸੋਚੋ ਵੀ ਮੈਂ ਕੀ ਕੰਮ ਕਰਨਾ ਹੈ ਪਹਿਲੇ ਕਿਹੜੇ ਸਬਜੈਕਟ ਦਾ ਕਰਨਾ ਹੈ ਫਿਰ ਕਿਹੜੇ ਦਾ ਕਰਨਾ ਹੈ ਫਿਰ ਤੁਹਾਡਾ 1 ਤੋਂ 1.5 ਘੰਟੇ ਦੇ ਵਿੱਚ ਸਬਜੈਕਟ ਵਾਈਜ਼ ਸਾਰਾ ਕੰਮ ਜਿਹੜਾ ਹੋ ਜਾਂਦਾ ਇਸ ਤਰ੍ਹਾਂ ਤੁਹਾਡਾ ਲਰਨ ਕਰਨ ਦਾ ਸ਼ਡਿਊਲ ਹੈ ਲਰਨ ਵੀ ਕਰ ਲੈਂਦੇ ਹੋ ਤੇ ਫਿਰ ਤੁਸੀਂ ਵਧੀਆ ਤੁਹਾਡਾ ਟਾਈਮ ਟੇਬਲ ਬਣ ਜਾਂਦਾ ਹੈ ਤੇ ਤੁਸੀਂ ਵਧੀਆ ਐਗਜ਼ਾਮ ਦੇ ਵਿੱਚ ਪਰਫਾਰਮ ਕਰਦੇ ਹੋ ਕਲਾਸ ਦੇ ਵਿੱਚ ਵੀ ਤੁਹਾਨੂੰ ਸਾਰਾ ਕੁਝ ਯਾਦ ਹੁੰਦਾ ਤੁਹਾਡਾ ਸਾਰਾ ਹੋਮਵਰਕ ਕੰਪਲੀਟ ਹੁੰਦਾ ਇਹ ਫਿਰ ਤੁਹਾਨੂੰ ਪਤਾ ਵੀ ਹੁੰਦਾ ਮੇਰਾ ਕੇਸ ਚੀਜ਼ ਦਾ ਹੋਮਵਰਕ ਹੋ ਗਿਆ કે ਸੀ ਦਾ ਰਹਿ ਗਿਆ ਇਸ ਤਰ੍ਹਾਂ ਜੀਵਨ ਦੇ ਵਿੱਚ ਹਰ ਇਨਸਾਨ ਦੇ ਜੋ ਵੀ ਕੰਮ ਹੈ ਜਾਂ ਬੋਲਣਾ ਹੈ ਕਿਸੇ ਨੂੰ ਚੰਗਾ ਬੋਲਣਾ ਹੈ ਮਾੜਾ ਬੋਲਣਾ ਹੈ ਮਾੜਾ ਬੋਲਣ ਤੋਂ ਪਹਿਲਾਂ ਸੋਚੋਗੇ ਤਾਂ ਤੁਸੀਂ ਕਦੇ ਮਾੜਾ ਬੋਲੋਗੇ ਹੀ ਨਹੀਂ ਇਸ ਕਰਕੇ ਜਿਹੜਾ ਬੋਲਣ ਤੋਂ ਪਹਿਲਾਂ ਤੇ ਕੰਮ ਕਰਨ ਤੋਂ ਪਹਿਲਾਂ ਜ਼ਰੂਰ ਸੋਚਣਾ ਅੱਗੇ ਆਪਾਂ ਕਰਾਂਗੇ ਆਮ ਗਿਆਨ ਦੀਆਂ ਗੱਲਾਂ ਪਹਿਲਾ ਕੁਐਸਚਨ ਹੈ ਮਕਦਮੇ ਦੀ ਉਡੀਕ ਕਰਦਿਆਂ ਸ਼ਹੀਦ ਉਦਮ ਸਿੰਘ ਨੇ ਕਿੰਨੇ ਦਿਨ ਦੀ ਭੁੱਖ ਹੜਤਾਲ ਕੀਤੀ ਸੀ ਤਾਂ ਉਹਨਾਂ ਨੇ ਕਿੰਨੇ ਦਿਨ ਦੀ ਹੜਤਾਲ ਕੀਤੀ ਸੀ 42 ਦਿਨ ਦੀ ਮਤਲਬ 42 ਦਿਨ ਉਹ ਭੁੱਖ ਹੜਤਾਲ ਤੇ ਰਹੇ ਜੀ ਦੂਸਰਾ ਕੁਸਚਨ ਪੰਜਾਬ ਦਾ ਰਾਜ ਪੰਛੀ ਕਿਹੜਾ ਹੈ ਤਾਂ ਪਿਆਰੇ ਬੱਚੋ ਪੰਜਾਬ ਦਾ ਜਿਹੜਾ ਰਾਜ ਪੰਛੀ ਹੈ ਉਹ ਹੈ ਬਾਜ ਅਗੇ ਅੰਤਰਰਾਸ਼ਟਰੀ ਵਿਧਿਆਪਕ ਦਿਵਸ ਕਦੋਂ ਮਨਾਇਆ ਜਾਂਦਾ ਹੈ ਤੁਹਾਡੇ ਪਿਆਰੇ ਬੱਚਿਓ ਅੰਤਰਰਾਸ਼ਟਰੀ ਮਤਲਬ ਪੂਰੇ ਵਿਸ਼ਵ ਦੇ ਵਿੱਚ ਜਿਹੜਾ ਅਧਿਆਪਕ ਦਿਵਸ ਮਨਾਇਆ ਜਾਂਦਾ ਉਹ ਮਨਾਇਆ ਜਾਂਦਾ ਹੈ 5 ਅਕਤੂਬਰ ਨੂੰ ਅੱਗੇ ਚੌਥਾ ਗੱਲ ਧਰਤੀ ਤੇ ਕਿੰਨੇ ਪ੍ਰਤੀਸ਼ਤ ਪਾਣੀ ਹੈ ਤਾਂ ਪਿਆਰੇ ਬੱਚਿਓ ਜਿਹੜੀ ਆਪਣੀ ਪੂਰੀ ਧਰਤੀ ਹੈ ਜਿਹੜਾ ਇਹ ਧਰਤੀ ਗ੍ਰਹਿ ਹੈਗਾ ਇੱਥੇ ਜਿਹੜਾ 70% ਪਾਣੀ ਹੈ ਤੇ 30 29% ਜਿਹੜੀ ਧਰਤੀ ਹੈ ਪਰ ਉਸ 71% ਪਾਣੀ ਦੇ ਵਿੱਚੋਂ ਜਿਹੜਾ 1 ਜਾਂ 2% ਪਾਣੀ ਹੀ ਪੀਣਯੋਗ ਹੈ ਬਾਕੀ ਜਿਹੜਾ 69% ਪਾਣੀ ਹੈ ਉਹ ਸਮੁੰਦਰ ਦਾ ਪਾਣੀ ਹੈ ਖਾਰਾ ਪਾਣੀ ਹੈ ਉਸ ਨੂੰ ਆਪਾਂ ਪੀ ਨਹੀਂ ਸਕਦੇ ਅੱਗੇ ਪੰਜਵਾਂ ਇੱਕ ਘੰਟੇ ਵਿੱਚ ਕਿੰਨੇ ਸੈਕਿੰਡ ਹੁੰਦੇ ਹਨ ਤਾਂ ਪਿਆਰੇ ਬੱਚੋ ਇੱਕ ਘੰਟੇ ਦੇ ਵਿੱਚ ਜਿਹੜੇ ਸੈਕਿੰਡ ਹੁੰਦੇ ਆ ਉਹ ਹੁੰਦੇ ਆ 3600 ਸੈਕਿੰਡ ਤੁਸੀਂ ਦੇਖਦੇ ਹੋ ਆਪਾਂ ਕੱਲ ਕੀਤਾ ਸੀ ਇੱਕ ਘੰਟੇ ਦੇ ਵਿੱਚ ਜਿਹੜੇ 60 ਮਿੰਟ ਹੁੰਦੇ ਆ ਠੀਕ ਹੈ ਫਿਰ ਇੱਕ ਮਿੰਟ ਦੇ ਵਿੱਚ ਜਿਹੜੇ ਹੁੰਦੇ ਆ 60 ਸੈਕਿੰਡ ਫਿਰ ਤੁਸੀਂ ਹੁਣ 6 ਦਾ ਟੇਬਲ ਜਾਂਦੇ ਹੋ 6 6 6 ਦਾ 36 ਆ ਦੋਨੋਂ ਜਿਹੜੀਆਂ ਜ਼ੀਰੋ ਆਪਾਂ ਪਿੱਛੇ ਲਾ ਦਿੰਨੇ ਆ ਤੇ ਇਹ ਹੋ ਗਏ 3600 ਸੈਕਿੰਡ ਹੁਣ ਆਪਾਂ ਕਰਾਂਗੇ ਅੱਜ ਦੀ ਬੁਝਾਰਤ ਇਧਰ ਕਾਠ ਉਧਰ ਕਾਠ ਵਿੱਚ ਬੈਠਾ ਜਗਨਨਾਥ ਤਾਂ ਪਿਆਰੇ ਬੱਚੋ ਇਹ ਹੁੰਦਾ ਹੈ ਅਖਰੋਟ ਖਰੋਟ ਤੁਸੀਂ ਜ਼ਰੂਰ ਖਾਦੇ ਹੋਣਗੇ ਸਰਦੀਆਂ ਦੇ ਵਿੱਚ ਉਸ ਤੋਂ ਗਿਆ ਵਰਡ ਫਾਰ ਪ੍ਰੈਕਟਿਸ ਅੱਜ ਦੇ ਇੰਗਲਿਸ਼ ਦੇ ਵਰਡ ਹਾਂਜੀ ਪਿਆਰੇ ਬੱਚੋ ਅੱਜ ਦਾ ਜਿਹੜਾ ਪਹਿਲਾ ਇੰਗਲਿਸ਼ ਦਾ ਵਰਡ ਹੈ ਉਹ ਹੈ ਚਾਰਟ C H A R T ਚਾਰਟ ਚਾਰਟ ਪੰਜਾਬੀ ਦੇ ਵਿੱਚ ਵੀ ਆਪਾਂ ਉਹਨੂੰ ਚਾਰਟ ਹੀ ਕਹਿ ਦਿੰਨੇ ਆ ਜਿੱਦਾਂ ਅੱਜ ਆਪਾਂ ਸਕੂਲ ਦੇ ਵਿੱਚ ਐਕਟੀਵਿਟੀ ਕੀਤੀ ਸੀਗੀ ਪੇਂਟਿੰਗ ਵਾਲੀ ਐਕਟੀਵਿਟੀ ਤੇ ਉਹਦੇ ਵਿੱਚ ਆਪਾਂ ਜਿਹੜੀ ਪੇਂਟਿੰਗ ਬਣਾਈ ਸੀ ਉਹ ਕਿਹਦੇ ਤੇ ਬਣਾਈ ਸੀ ਚਾਰਟ ਤੇ ਉਸ ਤੋਂ ਬਾਅਦ ਹੈ ਚੈਸਟ C H E S T ਚੈਸਟ ਚੈਸਟ ਕੀ ਹੈ ਆਪਾਂ ਬਾਡੀ ਪਾਰਟਸ ਕੀਤੇ ਆ ਕਲਾਸ ਦੇ ਵਿੱਚ ਬਾਡੀ ਪਾਰਟਸ ਨੇਮ ਦੇ ਵਿੱਚ ਆਪਾਂ ਤੁਹਾਨੂੰ ਦਿਖਾਇਆ ਵੀ ਚੈਸਟ ਆਪਾਂ ਛਾਤੀ ਨੂੰ ਕਹਿੰਦੇ ਆ ਪੰਜਾਬੀ ਵਿੱਚ ਆਪਾਂ ਛਾਤੀ ਕਹਿੰਦੇ ਆ ਇੰਗਲਿਸ਼ ਵਿੱਚ ਆਪਾਂ ਕਹਿੰਦੇ ਆ ਚੈਸਟ ਅੱਗੇ ਕੀ ਹੈ ਚੀਅਰਸ C H E R ਚੀਅਰਸ ਚੀਅਰਸ ਕੀ ਹਿੰਦਾ ਹੈ ਖੁਸ਼ੀ ਖੁਸ਼ੀ ਜਦੋਂ ਆਪਾਂ ਖੁਸ਼ ਹੁੰਨੇ ਆ ਆਪਾਂ ਕਹਿੰਦੇ ਆ ਚੀਅਰਫੁਲ ਹੁਸਵਾ ਚੈਕ C H E C K ਚੈਕ ਚੈਕ ਕੀ ਹਿੰਦਾ ਜਾਂਚ ਕਰਨਾ ਜਿਵੇਂ ਕਹਿੰਦੇ ਆ ਆਪਾਂ ਕਾਪੀ ਚੈੱਕ ਕਰਦੇ ਆ ਤਾਂ ਮਤਲਬ ਤੁਹਾਡੀ ਕਾਪੀ ਦੀ ਆਪਾਂ ਜਾਂਚ ਕਰਦੇ ਆ ਬੱਚਿਓ ਬਈ ਚੀਟ C H E A T ਚੀਟ ਚੀਟ ਕੀ ਹੁੰਦਾ ਹੈ ਧੋਖਾ ਆਪਾਂ ਕਿਸੇ ਨਾਲ ਧੋਖਾ ਕਰ ਰਹੇ ਹਾਂ ਆਪਾਂ ਆਪਣੇ ਆਪ ਨਾਲ ਧੋਖਾ ਕਰ ਰਹੇ ਹਾਂ ਜਿਵੇਂ ਆਪਾਂ ਕਹਿੰਦੇ ਨਾ ਚੀਟਿੰਗ ਨਾ ਕਰੋ ਕਲਾਸ ਦੇ ਵਿੱਚ ਚੀਟਿੰਗ ਮਤਲਬ ਕਿਸੇ ਤੋਂ ਆਪਾਂ ਦੇਖ ਕੇ ਲਿਖ ਰਹੇ ਹਾਂ ਤੇ ਆਪਣੇ ਆਪ ਨਾਲ ਜਿਹੜਾ ਆਪਾਂ ਧੋਖਾ ਕਰ ਰਹੇ ਹਾਂ ਅਧਿਆਪਕ ਸਾਥਿਓ ਤੇ ਪਿਆਰੇ ਬੱਚਿਓ ਇਹ ਸੀਗੀ ਜਿਹੜੀ 23 ਜੁਲਾਈ ਦੀ ਮਾਰਨਿੰਗ ਸਲਾਈਡ ਤੇ ਹਰ ਰੋਜ਼ ਦੀ ਤਰ੍ਹਾਂ ਅਧਿਆਪਕ ਸਾਥੀਆਂ ਨੂੰ ਬੇਨਤੀ ਹੈ ਕਿ ਤੁਸੀਂ ਜਿਹੜੀ ਮਾਰਨਿੰਗ ਸਲਾਈਡ ਦੀ ਵੀਡੀਓ ਨੂੰ ਬੱਚਿਆਂ ਦੇ ਵਟਸਐਪ ਗਰੁੱਪ ਵਿੱਚ ਜ਼ਰੂਰ ਸ਼ੇਅਰ ਕਰਿਆ ਕਰੋ। ਬਾਕੀ ਜੋ ਕੀ ਸਿੱਖਿਆ ਹਫ਼ਤਾ ਦਾ ਸ਼ਡਿਊਲ ਹੈਗਾ, ਕਿਸ ਦਿਨ ਕੀ ਐਕਟੀਵਿਟੀਆਂ ਮਾਰਨਿੰਗ ਅਸੈਂਬਲੀ ਦੇ ਵਿੱਚ ਹੋਣੀਆਂ ਐ, ਉਹ ਆਪਾਂ ਇੱਕ ਵੀਡੀਓ ਦੇ ਮਾਧਿਅਮ ਰਹੀਂ ਤੁਹਾਨੂੰ ਸਾਂਝਾ ਕਰ ਦਿੰਨੇ ਆ ਥੋੜੀ ਦੇਰ ਤੱਕ। ਉਹ ਵੀਡੀਓ ਵੀ ਤੁਹਾਨੂੰ ਮਿਲ ਜੂਗੀ ਤੇ ਉਸ ਅਕੋਰਡਿੰਗ ਤੁਸੀਂ ਬੱਚਿਆਂ ਨੂੰ ਜਿਹੜੀਆਂ ਐਕਟੀਵਿਟੀਆਂ ਕਰਵਾ ਸਕਦੇ ਹੋ। ਬਾਕੀ ਮੈਂ ਕੋਸ਼ਿਸ਼ ਕਰੂੰਗਾ ਜੋ ਸਕੂਲ ਦੇ ਵਿੱਚ ਐਕਟੀਵਿਟੀਜ਼ ਕਰਾਉਨੇ ਆਸੀਂ ਉਹਦੀ ਵੀਡੀਓ ਬਣਾ ਕੇ ਉਹ ਵੀ ਚੈਨਲ ਤੇ ਅਪਲੋਡ ਕਰਾਂ ਤਾਂ ਜੋ ਸਾਰਿਆਂ ਨੂੰ ਜਿਹੜਾ ਮੋਟੀਵੇਸ਼ਨ ਮਿਲੇ ਸਾਰੇ ਜਿਹੜਾ ਵਧੀਆ ਐਕਟੀਵਿਟੀਜ਼ ਕਰਾ ਸਕਣ ਤੇ ਬੱਚੇ ਬਹੁਤ ਖੁਸ਼ ਹੁੰਦੇ ਐਕਟੀਵਿਟੀਜ਼ ਕਰਕੇ ਅੱਜ ਜਿਹੜੀਆਂ ਐਕਟੀਵਿਟੀ ਕੀਤੀਆਂ ਬੱਚਿਆਂ ਨੇ ਖੂਬ ਇੰਜੋਏ ਕੀਤਾ ਤੇ ਨਾਲ ਦੀ ਨਾਲ ਬੱਚਿਆਂ ਨੂੰ ਵੀ ਬੇਨਤੀ ਹੈ ਕਿ ਤੁਸੀਂ ਮਾਰਨਿੰਗ ਸਲਾਈਡ ਦੀ ਵੀਡੀਓ ਜ਼ਰੂਰ ਦੇਖਿਆ ਕਰੋ ਆਪਣੀ ਕਾਪੀ ਤੇ ਨੋਟ ਡਾਊਨ ਕਰਿਆ ਕਰੋ ਤੇ ਅਧਿਆਪਕ ਨੂੰ ਕਾਪੀ ਚੈੱਕ ਕਰਾਇਆ ਕਰੋ ਤੁਹਾਡੀ ਰਾਈਟਿੰਗ ਦੇ ਵਿੱਚ ਵੀ ਸੁਧਾਰ ਹੋਏਗਾ ਤੁਹਾਡੀ ਨੌਲੇਜ ਦੇ ਵਿੱਚ ਵੀ ਵਾਧਾ ਹੋਏਗਾ ਬਹੁਤ ਕੁਝ ਜਿਹੜਾ ਤੁਹਾਨੂੰ ਸਿੱਖਣ ਨੂੰ ਮਿਲੇਗਾ ਮਾਪਿਆਂ ਦੇ ਕੋਲ ਫੋਨ ਹੁੰਦੇ ਆ ਬੱਚਿਆਂ ਨੂੰ ਜ਼ਰੂਰ ਵੀਡੀਓ ਦਿਖਾਇਆ ਕਰੋ ਤੁਹਾਨੂੰ ਤੁਸੀਂ ਵੀ ਵੀਡੀਓ ਦੇਖਿਆ ਕਰੋ ਕੁਝ ਆਪਾਂ ਜਿੱਥੋਂ ਕੁਝ ਸਿੱਖਣ ਨੂੰ ਮਿਲੇ ਉੱਥੋਂ ਸਿੱਖ ਸਕਦੇ ਆ ਮੈਂ ਖੁਦ ਇੱਕ ਟੀਚਰ ਹੁੰਦੇ ਹੋਏ ਵੀ ਇਸ ਮਾਰਨਿੰਗ ਸਲਾਈਡ ਤੋਂ ਬਹੁਤ ਕੁਝ ਸਿੱਖਦਾ ਹਾਂ ਤੇ ਬਹੁਤ ਕੁਝ ਜਿਹੜਾ ਸਿੱਖਣ ਨੂੰ ਮਿਲਦਾ ਹੈ ਇਨੀਆਂ ਬੇਨਤੀਆਂ ਦੇ ਨਾਲ ਜੇਕਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਰੂਰ ਸਬਸਕ੍ਰਾਈਬ ਕਰ ਲੋ ਤਾਂ ਜੋ ਤੁਹਾਨੂੰ ਸਮੇਂ ਸਿਰ ਜਿਹੜੀ ਮਾਰਨਿੰਗ ਸਲਾਈਡ ਦੀ ਵੀਡੀਓ ਮਿਲਦੀ ਰਹੇ ਤੇ ਤੁਹਾਡੇ ਬੱਚਿਆਂ ਦਾ ਇਦਾਂ ਹੀ ਵਾਧਾ ਵਿਕਾਸ ਹੁੰਦਾ ਰਹੇ ਪ੍ਰਾਈਵੇਟ ਸਕੂਲਾਂ ਵਾਲੇ ਬੱਚੇ ਵੀ ਇਸ ਚੀਜ਼ ਨੂੰ ਦੇਖ ਸਕਦੇ ਆ ਕਿਉਂਕਿ ਨੌਲੇਜ ਹਰ ਇੱਕ ਲਈ ਜ਼ਰੂਰੀ ਹੈ ਜੇ ਕੋਈ ਤੁਹਾਡੀ ਜਾਣਕਾਰੀ ਇਸੇ ਦਿਰ ਦੇ ਵਿੱਚ ਕੋਈ ਵੀ ਬੱਚੇ ਹੈ ਗਿਆ ਸਭ ਨੂੰ ਵੀਡੀਓ ਜਰੂਰ ਸ਼ੇਅਰ ਕਰਿਆ ਕਰੋ ਜਿਹੜਾ ਇਸ ਦਾ ਪ੍ਰਸਾਰ ਹੋ ਸਕੇ ਤੇ ਜਿਹੜਾ ਆਪਾਂ ਇਸ ਚੀਜ਼ ਨੂੰ ਕਿਉਂਕਿ ਦੇਖੋ ਜ਼ਿਆਦਾ ਲੋਕ ਦੇਖਣਗੇ ਤਾਂ ਆਪਾਂ ਨੂੰ ਵੀ ਹੌਸਲਾ ਫਸਾਈ ਮਿਲੇਗੀ ਤੇ ਆਪਾਂ ਇਸ ਚੀਜ਼ ਨੂੰ ਲਗਾਤਾਰ ਕੰਟੀਨਿਊ ਰੱਖ ਪਾਵਾਂਗੀ ਧੰਨਵਾਦ